ਸਵਾਗਤ ਤੁਹਾਡਾ ਸਾਰਿਆਂ ਦਾ ਡੀਡੀ ਪੰਜਾਬੀ ਦੇ ਪ੍ਰੋਗਰਾਮ ਡਾਕਟਰ ਸਪੀਕਸ ਦੇ ਵਿੱਚ ਦਰਸ਼ਕੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਕੋਵਿਡ ਦੀ ਬਿਮਾਰੀ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚਾ ਰਹੀ ਆ ਔਰ ਖਾਸ ਤੌਰ ਤੇ ਹਿੰਦੁਸਤਾਨ ਦੇ ਵਿੱਚ ਜਿਹੜੀ ਸੈਕੰਡ ਵੇਵ ਆਈ ਹੈ ਉਸ ਵੇਵ ਦੇ ਵਿੱਚ ਬਹੁਤ ਜ਼ਿਆਦਾ ਲੋਕ ਇਸ ਨਾਲ ਸੰਕਰਮਿਤ ਹੋ ਰਹੇ ਨੇ ਕਿਉਂ ਹੋ ਰਹੇ ਨੇ ਕਾਰਨ ਕੀ ਹੈ ਅਕਸਰ ਅਜਹੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਕਿ ਹੁਣ ਬਾਰ-ਬਾਰ ਸਾਨੂੰ ਨਵੇਂ ਰੂਪ ਦੇ ਵਿੱਚ ਵੇਖਣ ਚ ਆ ਰਹੀਆਂ ਨੇ ਜਦ ਕਿ ਅਜ ਤੋਂ 4-5 ਮਹੀਨੇ ਪਹਿਲਾਂ ਕਾਫੀ ਹੱਦ ਤੱਕ ਅਸੀਂ ਕੋਵਿਡ ਦੀ ਬਿਮਾਰੀ ਤੇ ਕੰਟਰੋਲ ਕਰ ਲਿਆ ਸੀ ਲੇਕਿਨ ਸੈਕੰਡ ਵੇਵ ਦੇ ਵਿੱਚ ਕਿਸ ਤਰ੍ਹਾਂ ਦੇ ਨਵੇਂ ਸਿੰਪਟਮਸ ਆ ਰਹੇ ਨੇ ਔਰ ਉਹਨਾਂ ਦਾ ਕਿਸ ਤਰ੍ਹਾਂ ਉਪਚਾਰ ਕੀਤਾ ਜਾ ਸਕਦਾ ਉਸ ਬਾਰੇ ਗੱਲ ਕਰਨ ਵਾਸਤੇ ਅੱਜ ਅਸੀਂ ਆਏ ਹਾਂ ਡਾਕਟਰ ਬਲਰਾਜ ਗੁਪਤਾ ਜੀ ਨੂੰ ਮਿਲਣ ਜਿਹੜੇ ਕਿ ਐਮਡੀ ਮੈਡੀਸਨ ਨੇ ਔਰ ਪਿਛਲੇ 40 ਸਾਲਾਂ ਤੋਂ ਡਾਕਟਰੀ ਦੇ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਇਸ ਦੇ ਨਾਲ-ਨਾਲ ਸਮਾਜ ਸੇਵਾ ਦੇ ਵਿੱਚ ਵੀ ਉਹਨਾਂ ਦਾ ਅਹਿਮ ਯੋਗਦਾਨ ਹੈ ਅਓ ਅੱਜ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਤੇ ਪੁੱਛਦੇ ਹਾਂ ਕਿ ਕੋਵਿਡ-19 ਦੀ ਬਿਮਾਰੀ ਜਿਹੜੀ ਹੈ ਉਹਦੀ ਸੈਕੰਡ ਵੇਵ ਜਿਹੜੀ ਆਈ ਹੈ ਉਹ ਕਿੰਨੀ ਇੱਕ ਘਾਤਕ ਸਿੱਧ ਹੋ ਰਹੀ ਹੈ ਹਿੰਦੁਸਤਾਨ ਦੇ ਲੋਕਾਂ ਵਾਸਤੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਬਹੁਤ-ਬਹੁਤ ਪ੍ਰੋਗਰਾਮ ਡਾਕਟਰ ਸਾਹਿਬ ਪਹਿਲੋ ਤੇ ਅਸੀਂ ਜਿਸ ਤਰ੍ਹਾਂ ਮੂਮਨ ਜਾਣਦੇ ਆ ਕਿ ਕੋਵਿਡ ਹੁੰਦਾ ਕੀ ਹੈ ਲੇਕਿਨ ਹੁਣ ਕੋਵਿਡ ਦੀ ਸੈਕੰਡ ਵੇਵ ਆਈ ਹੈ ਇਹਦੇ ਵਿੱਚ ਕਿਹੜੀਆਂ ਅਸੀਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਕਿ ਕੋਵਿਡ ਦੀ ਪਰਿਭਾਸ਼ਾ ਥੋੜੀ ਹੋਰ ਬਦਲਦੀ ਜਾ ਰਹੀ ਹੈ ਦਰਸ਼ਕੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਇਹ ਕੋਵਿਡ ਦੀ ਬਿਮਾਰੀ ਹੈ ਇਹ ਇੱਕ ਵਾਇਰਸ ਹੈਗੀ ਜਿਹਨੂੰ ਕਰੋਨਾ ਕਿਹਾ ਗਿਆ ਕੋ ਜਿੱਦਾਂ ਇੱਕ ਕ੍ਰਾਊਨ ਤਾਜ ਹੁੰਦਾ ਵਾ ਉਹਦੇ ਵਰਗੀ ਉਹਦੀ ਸ਼ਕਲ ਦੇਖੀ ਤਾਂ ਇਹ ਉਹ ਬਿਮਾਰੀ ਕਰਕੇ ਇਹ ਜਿਹੜੀ ਆ ਕੋਵਿਡ ਜਿਹੜੀ ਆ ਬਿਮਾਰੀ ਇਸ ਵਾਇਰਸ ਕਰਕੇ ਹੋ ਰਹੀ ਆ ਆਲਮੋਸਟ ਬਿਲਕੁਲ ਜਿੱਦਾਂ ਇਹਨਾਂ ਨੇ ਦੱਸਿਆ ਜੋਸ਼ੀ ਸਾਹਿਬ ਨੇ ਦੱਸਿਆ ਹੈ ਕਿ ਪਹਿਲੀ ਜਿਹੜੀ ਇੱਥੇ ਇੰਡੀਆ ਚ ਵੇਵ ਆਈ ਅਸੀਂ ਸਭ ਨੇ ਮਿਲ ਕੇ ਮੈਂ ਕਵਾਂਗਾ ਸਰਕਾਰਾਂ ਪਬਲਿਕੀ ਬਿਮਾਰੀ ਜਿਹੜੀ ਆ ਸਰਕਾਰ ਦੀ ਨਹੀਂ ਐ ਪਬਲਿਕ ਦੀ ਵੀ ਬਿਮਾਰੀ ਐ ਲੋਕ ਇਸ ਚ ਸਫਰ ਕਰ ਰਹੇ ਆ ਅਸੀਂ ਕਾਫੀ ਹੱਦ ਤੱਕ ਅਨਿਸਤੇ ਜਿੱਤ ਪਾ ਲਈ ਸੀਗੀ ਔਰ ਉਸ ਦੇ ਵਿੱਚ ਪਹਿਲੀ ਵੇਵ ਦੇ ਵਿੱਚ ਹਲੇ ਕਿ ਅਸੀਂ ਤਿਆਰ ਵੀ ਨਹੀਂ ਸਨ ਇਕਦਮ ਸਾਨੂੰ ਪਕੜੇ ਗਏ ਸੀਗੇ ਕਟ ਬਹੁਤ ਮੋਤਾ ਹੋਇਆ ਦਰਸ਼ਕੋ ਇਹੀ ਕਾਰਨ ਹੋਇਆ ਕਿ ਇਹ ਗੱਲ ਨੇ ਸਾਨੂੰ ਲਾਪਰਵਾਹ ਕਰਤਾ ਬੇਪਰਵਾਹ ਕਰਵਾਤਾ ਇਸ ਬਿਮਾਰੀ ਤੋਂ ਸਭ ਕੁਝ ਖੁੱਲ ਗਿਆ ਅਸੀਂ ਆਪਣਾ ਜਿਹੜਾ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ ਜਨ ਕਹਿੰਦੇ ਆ ਜਿਹਦਾ ਮਾਸਕ ਸੈਨੀਟਾਈਜੇਸ਼ਨ ਸੋਸ਼ਲ ਡਿਸਟੈਂਸਿੰਗ ਅਸੀਂ ਉਹਨੂੰ ਭੁੱਲ ਗਏ ਐਸਐਮਐਸ ਮੈਂ ਕਹਿੰਨਾਂ ਸੈਨੀਟਾਈਜੇਸ਼ਨ ਮਾਸਕ ਸੋਸ਼ਲ ਡਿਸਟੈਂਸਿੰਗ ਅਸੀਂ ਆਪਣੇ ਐਸਐਮਐਸ ਨੂੰ ਭੁੱਲ ਗਏ ਦੋਸਤੋ ਹਰ ਇੱਕ ਜਿੱਦਾਂ ਇਨਸਾਨ ਕੋਈ ਔਕੜ ਆਂਦੀ ਆਪਣੇ ਆਪ ਨੂੰ ਸ਼ਰੀਰ ਢਾਲਦਾ ਗਿਆ ਇਦਾਂ ਹੀ ਵਾਇਰਸ ਨੇ ਵੀ ਆਪਣਾ ਹਲਕਾ ਜਿਹਾ ਰੰਗ ਰੂਪ ਬਦਲ ਲਿਆ ਉਹ ਇਹ ਬਹੁਤ ਘਾਤਕ ਐਸੋਕਤ ਬਿਮਾਰੀ ਹੋ ਗਈ ਹੈ ਕਿਉਂਕਿ ਸਾਨੂੰ ਇਹਨੂੰ ਰਿਸਪੌਂਡ ਕਰਦਿਆਂ ਕਰਦਿਆਂ ਵਕਤ ਲੱਗ ਗਿਆ ਔਰ ਅੱਜ ਵੀ ਮੈਨੂੰ ਅਫਸੋਸ ਕਈ ਵਾਰ ਹੁੰਦਾ ਹੈ ਜਦੋਂ ਮੈਂ ਜਾਂਨਾ ਮੈਂ ਸੜਕ ਰੋਕ ਕੇ ਲੋਕਾਂ ਨੂੰ ਕਹਿਣਾ ਪਈ ਭਾਜੀ ਮਾਸਕ ਕਿੱਥੇ ਤੁਹਾਡਾ ਆਪ ਵੀ ਮਾਸਕ ਦਿਨਾ ਇਹ ਬਿਮਾਰੀ ਦੇ ਜਿਹੜੀ ਗੱਲ ਕੀਤੀ ਤੁਸੀਂ ਆਪਨੇ ਲੱਛਣ ਮੈਂ ਇੱਥੇ ਕਹਿਣਾ ਚਾਹਨਾ ਮਾਂ ਜਿਹੜੀਆਂ ਮੌਤਾਂ ਗੱਲ ਕੀਤੀ ਗਈ ਕਿ ਮੌਤਾਂ ਜ਼ਿਆਦਾ ਹੋ ਰਹੀਆਂ ਉਹਦਾ ਕਾਰਨ ਮੇਰੇ ਹਿਸਾਬ ਨਾਲ ਮੇਰੀ ਪ੍ਰੈਕਟਿਸ ਦੇ ਹਿਸਾਬ ਨਾਲ ਮੈਨੂੰ 1 ਸਾਲ ਦੇ ਕਰੀਬ ਤਕਰੀਬਨ ਹੋ ਗਿਆ ਹੁਣ ਕੋਵਿਡ ਦੇ ਬਿਮਾਰਾਂ ਦਾ ਇਲਾਜ ਕਰਦੇ ਹੋਇਆ ਹਸਪਤਾਲ ਚ ਦਾਖਲ ਆ ਬੜੇ ਸੀਰੀਅਸ ਮਰੀਜ਼ਾਂ ਮੈਂ ਇਹ ਦੇਖਿਆ ਕਿ ਜਿਹੜੇ ਲੋਕਾਂ ਨੇ ਜਲਦੀ ਇਲਾਜ ਸ਼ੁਰੂ ਕਰ ਦਿੱਤਾ ਉਹ ਸਾਰੇ ਬਚ ਗਏ ਆ ਦੋਸਤੋ ਇਲਾਜ ਦੇ ਵਿੱਚ ਦੇਰੀ ਜਿਹੜੀ ਆ ਉਹ ਇੱਕ ਬਹੁਤ ਵੱਡਾ ਕਾਰਨ ਆ ਕੀ ਬਿਮਾਰੀ ਜਦੋਂ ਸਿੰਪਟਮ ਦਿੰਦੀ ਹੈ ਮੈਂ ਇੱਥੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨਾ ਚਾਹਾਂਗਾ ਸਸਪੈਕਟ अर्ਲੀ ਜਲਦੀ ਸ਼ੱਕ ਕਰੋ ਵੀ ਕੋਵਿਡ ਤਾਂ ਨਹੀਂ ਜੇ ਬੁਖਾਰ ਹੈ ਖਾਂਸੀ ਹੈ ਸ਼ੱਕ ਕਰੋ ਵੀ ਕੋਵਿਡ ਤਾਂ ਨਹੀਂ ਜਲਦੀ ਟੈਸਟ अर्ਲੀ ਡਿਟੈਕਟ अर्ਲੀ ਫਟਾਫਟ ਆਪਣਾ ਟੈਸਟ ਕਰਾਓ ਦੋਸਤੋ ਅੱਜ ਮੈਂ ਇੱਕ ਗੱਲ ਕਹਿਣੀ ਚਾਹਨਾ ਬੜੇ ਮਰੀਜ਼ ਮੇਰੇ ਕੋਲ ਆਉਂਦੇ ਆ ਬੁਖਾਰ ਹੋਇਆ ਜੀ ਡਾਕਟਰ ਸਾਹਿਬ ਨੇ ਚੈੱਕ ਕਰਾਇਆ ਉਹਨਾਂ ਨੇ ਕਿਹਾ ਟਾਈਫਾਇਡ ਹੈਗਾ ਟਾਈਫਾਇਡ ਦੇ ਬ੍ਰਹਮ ਦੇ ਵਿੱਚ ਬਹੁਤ ਲੋਕਾਂ ਨੇ ਆਪਣੀ ਜਾਨ ਗਵਾਤੀ ਮੈਂ ਇਥੇ ਦੱਸਣਾ ਚਾਹਨਾ 160 ਤੱਕਨ ਟਾਈਫਾਇਡ ਪੋਜ਼ਿਟਿਵ ਨਹੀਂ ਹੁੰਦਾ ਕਦੀ ਵੀ ਟਾਈਫਾਇਡ ਹੋਇਆ ਹੋਵੇ ਤਾਂ ਵੀ 160 ਤੱਕਨ ਪੋਜ਼ਿਟਿਵ ਆ ਜਾਂਦਾ ਨੰਬਰ 2 ਹੋਰ ਬੜੀਆਂ ਬਿਮਾਰੀਆਂ ਜਿਨ੍ਹਾਂ 'ਚ ਫਾਲਸ ਪੋਜ਼ਿਟਿਵ ਆਂਦੇ ਆ ਟੈਪ ਟਾਈਫਾਇਡ ਦਾ ਟੈਸਟ ਇੱਕ ਐਂਟੀਬਾਡੀ ਟੈਸਟ ਹੈਗਾ ਉਹ ਐਂਟੀਬਾਡੀ ਕਈਆਂ ਹੋਰ ਐਂਟੀਬਾਡੀ ਨਾਲ ਮਿਲਦੀ ਆ ਜਦੋਂ ਟੈਸਟ ਹੁੰਦਾ ਵਾ 160 ਹੁੰਦਾ ਦੋਸਤੋ ਜੇ ਤੁਹਾਨੂੰ ਬੁਖਾਰ ਆ ਜੇ ਜਿਦਾ ਵੀ ਗਲੇ 'ਚ ਖਰਾਸ਼ ਐ ਖਾਂਸੀ ਆਂਦੀ ਐ ਜੇ ਕਿਤੇ ਸਾਹ ਚੜਦਾ ਹੈ ਤਾਂ 100% ਇਮੀਡੀਏਟ ਟੈਸਟ ਕਰੋ ਜੇ ਤੁਹਾਡੀ ਸਮੈਲ ਜਾਂਦੀ ਪਈ ਆ ਲੱਗਦਾ ਕਿ ਸਮੈਲ ਨਹੀਂ ਹੁੰਦੀ ਖਾਣੇ ਦੀ ਖੁਸ਼ਬੂ ਨਹੀਂ ਆਉਂਦੀ ਜੇ ਮੂੰਹ ਦਾ ਟੇਸਟ ਖਰਾਬ ਹੁੰਦਾ ਹੈ ਜਿਹੜੀ ਗੱਲ ਕੀਤੀ ਜੋਸ਼ੀ ਸਾਹਿਬ ਨੇ ਨਵੀਂ ਨਵੇਂ ਲੱਛਣ ਜਿਹੜੇ ਆ ਰਹੇ ਆ ਇਸ ਸਟ੍ਰੇਨ ਦੇ ਸੈਕੰਡ ਵੇਵ ਦੇ ਵਿੱਚ ਉਹ ਇਹ ਆਇਆ ਕਿ ਲੋਕਾਂ ਦਾ ਪੇਟ ਖਰਾਬ ਹੋ ਰਿਹਾ ਲੂਜ਼ ਮੋਸ਼ਨਸ ਲੱਗ ਰਹੀਆਂ ਵੋਮਿੰਟਿੰਗ ਹੋ ਰਹੀ ਹੈ ਹੈਡੇਕ ਹੋ ਰਹੀ ਆ ਇਸ ਦੇ ਵਿੱਚ ਜੋ ਮੇਰਾ ਤਜਰਬਾ ਹੈਗਾ ਵਾ ਜੋ ਮੈਂ ਦੇਖਿਆ ਵਾ بڑے ਲੋਕ ਜਿਹੜੇ ਆ ਉਹਨਾਂ ਦੀ ਚੈਸਟ ਬਚ ਵੀ ਰਹੀ ਆ ਮੇਰਾ ਮਤਲਬ ਇਹ ਨਹੀਂ ਕਿ ਸਭ ਕੁਝ ਸਮਾਲ ਪਰਸੈਂਟੇਜ ਜਾਨਲੇਵਾ ਜਿਹੜੀ ਬਿਮਾਰੀ ਆ ਉਹ ਛਾਤੀ ਦੀ ਬਿਮਾਰੀ ਆ ਜਦੋਂ ਸਾਹ ਚੜਨਾ ਸ਼ੁਰੂ ਹੋ ਗਿਆ ਉਦੋਂ ਅਸੀਂ ਆਲਰੇਡੀ ਥੋੜਾ ਜਿਆ ਲੈਟ ਹੈ ਗਏ ਆ ਜੇ ਅਸੀਂ ਇਸ ਤੋਂ ਵਿਪਰੀਤ ਜੇ ਅਸੀਂ ਜਲਦੀ ਬੁਖਾਰ ਦੇ ਵਿੱਚ ਆਪਣਾ ਟੈਸਟ ਕਰਵਾ ਲਿਆ ਚਾਹੇ ਰੈਪਿਡ ਐਂਟੀਜਨ ਟੈਸਟ ਕਰਾਓ ਮੇਰੇ ਹਿਸਾਬ ਨਾਲ ਕਾਫੀ ਕਾਰਗਰ ਹੈਗਾ ਵਾ 15 ਮਿੰਟਾਂ ਚ ਰਿਪੋਰਟ ਆ ਜਾਂਦੀ ਹੈ ਸਰਕਾਰ ਫ੍ਰੀ ਕਰਦੀ ਪਈ ਆ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਥੋੜੇ ਪੈਸੇ ਨਾਲ ਹੋ ਰਿਹਾ ਹੈ ਜੇ ਜਲਦੀ ਟੈਸਟ ਕਰਵਾ ਲਵਾਂਗੇ ਅਸੀਂ ਇਹਦੀ ਦਵਾਈ ਸ਼ੁਰੂ ਕਰ ਦਵਾਂਗੇ ਇੱਕ ਚੀਜ਼ ਹੋਰ ਇੱਥੇ ਮੈਂ ਸਾਂਝੀ ਕਰਨਾ ਚਾਹਨਾ ਕੱਲੀ ਆਪਣਾ ਉਸ ਮਰੀਜ਼ ਦਾ ਨਹੀਂ ਫਾਇਦਾ ਜਿੰਨੀ ਜਲਦੀ ਡਿਟੈਕਟ ਹੋ ਜਾਏਗਾ ਉਹਦਾ ਪਰਿਵਾਰ ਬਚ ਜਾਏਗਾ ਮੈਂ ਬੜੇ ਐਸੇ ਅਬਾਗੇ ਪਰਿਵਾਰ ਹਨ ਮੇਰੇ ਕੋਲ ਪੂਰੀ ਦੀ ਪੂਰੀ ਫੈਮਲੀ ਜੇ 7 ਮੈਂਬਰ ਆ 7 ਦੇ 7 ਇ ਪੋਜ਼ਿਟਿਵ ਹੋ ਗਏ 5 ਦੇ 5 ਇ ਪੋਜ਼ਿਟਿਵ ਹੋ ਗਏ ਸਿਰਫ ਇਹ ਕਰਕੇ ਪਹਿਲੇ ਮਰੀਜ਼ ਜਿਹੜਾ ਸੀਗਾ ਉਹਦਾ ਜਲਦੀ ਡਿਟੈਕਸ਼ਨ ਨਹੀਂ ਹੋਈ ਜਦ ਤੱਕ ਨੂੰ ਉਹਦਾ ਪਤਾ ਲੱਗਾ ਤਦ ਤੱਕ ਨੂੰ ਉਹ ਆਪਣੀ ਇਨਫੈਕਸ਼ਨ ਹੋਰਾਂ ਨੂੰ ਵੀ ਦੇ ਚੁੱਕਾ ਸੀਗਾ ਦੋਸਤੋ ਸਾਨੂੰ ਇਹ ਜਿਹੜੀ ਚੇਨ ਹੈਗੀ ਐ ਤੋੜਨੀ ਪੈਣੀ ਆ ਇਹਦੇ ਵਾਸਤੇ ਮੈਂ ਫੇਰ ਇੱਕ ਵਾਰੀ ਕਵਾਂਗਾ ਜੇ ਬੁਖਾਰ ਹੈ ਆਪਣੇ ਆਪ ਨੂੰ ਪਰੇ ਕਰ ਲਓ ਜਦ ਤੱਕ ਉਹ ਠੀਕ ਨਹੀਂ ਬਿਲਕੁਲ ਹੋ ਜਾਂਦਾ ਜਾਂ ਤੁਹਾਨੂੰ ਨੈਗੇਟਿਵ ਨਹੀਂ ਆ ਜਾਂਦੇ ਜੇ ਪੋਜ਼ਿਟਿਵ ਆਇਆ ਹੋ ਤਾਂ ਇੱਕਦਮ ਪਰਿਵਾਰ ਤੋਂ ਪਰੇ ਕਰ ਲਓ ਕਿਤੇ ਇਕਾਂਤ ਵਾਸਤੇ ਚਲ ਜਓ ਤਪਸਪ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਇੱਕ ਆਮ ਆਦਮੀ ਦੀ ਸਮਝ ਦੇ ਵਿੱਚ ਨਹੀਂ ਆ ਰਹੀ ਉਹ ਹੈ ਕਿ ਸੈਕਿੰਡ ਵੇਵ ਕਿਸ ਨੂੰ ਕਹਿੰਦੇ ਨੇ ਕਿਉਂਕਿ ਅਸੀਂ ਕਹਿ ਰਹੇ ਹਾਂ ਸੈਕਿੰਡ ਵੇਵ ਆ ਗਈ ਹੈ ਸੈਕਿੰਡ ਵੇਵ ਆ ਰਹੀ ਹੈ ਉਹ ਸੈਕਿੰਡ ਵੇਵ ਹੁੰਦੀ ਕੀ ਹੈ ਤੇ ਉਸ ਸੈਕਿੰਡ ਵੇਵ ਤੋਂ ਬਚਿਆ ਕਿਦਾਂ ਜਾ ਸਕਦਾ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਵਿਸਥਾਰ ਨਾਲ ਦੱਸ ਹਾਂਜੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਗੱਲ ਸੈਕਿੰਡ ਵੇਵ ਜਿਹੜੀ ਅਸੀਂ ਸਾਰੇ ਕਰ ਰਹੇ ਹਾਂ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਨਾ ਸੈਕਿੰਡ ਵੇਵ ਦਾ ਪਹਿਲੀ ਵਾਰੀ ਕੋਈ ਬਿਮਾਰੀ ਆਈ ਬਿਮਾਰੀ ਦਾ ਠੱਲ ਪੈਣਾ ਸ਼ੁਰੂ ਹੋ ਗਿਆ ਇਹ ਇੱਕ ਵੇਵ ਸੀਗੀ ਜਿਹੜੀ ਕਾਫੀ ਥੱਲੇ ਚਲ ਗਈ ਕੁਝ ਹਜ਼ਾਰ ਬੰਦੇ ਰੋਜ਼ ਦੇ ਇਨਫੈਕਟ ਹੁੰਦੇ ਸੀਗੇ ਉਹ ਮੋਟਾ 100 ਤੋਂ ਵੀ ਥੱਲੇ ਆ ਗਈ ਫੇਰ ਵੱਧ ਗਈ ਇਹ ਸੈਕਿੰਡ ਇਹਨੂੰ ਜਿਹੜੀ ਪਹਿਲੀ ਆਈ ਇਹ ਹੁਣ ਫੇਰ ਇੱਕਦਮ 3.5 ਲੱਖ ਪੌਣੇ 4 ਲੱਖ ਬੰਦਾ ਰੋਜ਼ ਦਾ ਟੈਸਟ ਹੋ ਰਿਹਾ ਪੋਜ਼ਿਟਿਵ ਦੋਸਤੋ ਭੁਲੇਖਾ ਨਾ ਖਾਈਓ ਇਹ ਜਿਹੜੇ ਟੈਸਟ ਪੋਜ਼ਿਟਿਵ ਆ ਰਹੇ ਆ ਇਹਦੇ ਨਾਲ ਇਸ ਤੋਂ ਵੱਧ ਲੋਕੀ ਐਸੇ ਹੈਗੇ ਜਿਨ੍ਹਾਂ ਦੇ ਹਲੇ ਟੈਸਟ ਨਹੀਂ ਹੋਏ ਪਰ ਉਹ ਪੋਜ਼ਿਟਿਵ ਬੈਠੇ ਹਨ ਉਹੀ ਇਹ ਜਿਹੜੇ ਹੈਗੇ ਆ ਚੇਨ ਕਰੀ ਜਾਂਦੇ ਅੱਗੇ ਤੋਂ ਅੱਗੇ ਬਿਮਾਰੀ ਫੈਲਾਈ ਜਾਂਦੇ ਹਨ ਬਚਨ ਦਾ ਤਰੀਕਾ ਮੈਂ ਜਿੱਦਾਂ ਦੱਸਿਆ ਤੁਹਾਨੂੰ ਸ਼ੱਕ ਕਰੋ ਵੀ ਮੈਨੂੰ ਕੋਵਿਡ ਤਾਂ ਨਹੀਂ ਹੈਗਾ ਜਲਦੀ ਸ਼ੱਕ ਕਰੋ ਸਸਪੈਕਟ ਅਵਲੀ ਡਿਟੈਕਟਿਵਲੀ ਜਲਦੀ ਟੈਸਟ ਕਰਵਾਓ ਵੀ ਇਹ ਮੇਨ ਕੋਵਿਡ ਤਾਂ ਨਹੀਂ ਕਿਤੇ ਹੈਗਾ ਤਾਂਕਿ ਮੈਂ ਆਪਣਾ ਤੇ ਆਪਣੇਆਂ ਦਾ ਬਚਾਅ ਕਰ ਲਵਾਂ ਦੋਸਤੋ ਆਪਾਂ ਮਿਲਦੇ ਤਾਂ ਆਪਣੇਆਂ ਨੂੰ ਹੀ ਨਾ ਆਪਣੇ ਪਰਿਵਾਰ ਨੂੰ ਆਪਣੇ ਦੋਸਤਾਂ ਨੂੰ ਆਪਣੇ ਮਿਲਣ ਵਾਲਿਆਂ ਨੂੰ ਆਪਣੇ ਵਪਾਰਿਕ ਸੰਬੰਧਾਂ ਨੂੰ ਆਪਣੇ ਜਿਹੜਾ ਕੋਈ ਦੁਕਾਨਦਾਰ ਹੈ ਮੰਨ ਲਓ ਆਪਣੇ ਗਾਕਾਂ ਨੂੰ ਆਪਣਾ ਤੇ ਆਪਣੇਆਂ ਦਾ ਬਚਾਅ ਕਰਨ ਲਈ ਫਟਾਫਟ ਟੈਸਟ ਕਰਾਓ ਕਬਰਾ ਹੋਣੀ ਕੁਛ ਨਹੀਂ ਹੁੰਦਾ ਤੁਹਾਡਾ ਕੋਈ ਕਸੂਰ ਨਹੀਂ ਇਹਦੇ ਵਿੱਚ ਇਹ ਹਵਾ ਚੋਂ ਸਮਝ ਲਓ ਹੈਗੀ ਆ ਜੇ ਤੁਹਾਨੂੰ ਹੋ ਗਈ ਆ ਜਲਦੀ ਆਪਣਾ ਕਰਕੇ ਜੇ ਪੋਜ਼ਿਟਿਵ ਆ ਆਈਸੋਲੇਟ ਕਰ ਲਓ ਜੇ ਨੈਗੇਟਿਵ ਹੈਗਾ ਵਾ ਸ਼ੱਕ ਹੈਗਾ ਵਾ ਕਾਈਂਡਲੀ ਫਿਰ ਵੀ ਆਪਣੇ ਆਪ ਨੂੰ ਅਲੱਗ ਕਰ ਲਓ ਤਾਂ ਕਿ ਕਈ ਵਾਰੀ ਕੀ ਆ ਟੈਸਟ ਨੈਗੇਟਿਵ ਆ ਜਾਂਦਾ ਜੇ ਕਿਤੇ ਤੁਹਾਡੇ ਸਾਹ ਚੜਦਾ ਵਾ ਔਰ ਐਕਸਰੇ ਚ ਨੁਕਸ ਆ ਗਿਆ ਸੀਟੀ ਸਕੈਨ ਚ ਨੁਕਸ ਆ ਗਿਆ ਮੈਂ ਇਹ ਕਹਿਣਾ ਚਾਹਾਂਗਾ ਅੱਜ ਇਹ ਨਾ ਦੇਖੋ ਮੈਂ 네ਗੇਟਿਵ ਹੈਗਾ ਵਾਂ ਨੁਕਸ ਜਿਹੜਾ ਵੀ ਸਾਹ ਜਿਹਨੂੰ ਵੀ ਅੱਜ ਦੇ ਟਾਈਮ ਤੇ ਚੜਦਾ ਪਿਆ ਆਕਸੀਜਨ ਘਟਦੀ ਪਈ ਆ ਮੈਂ ਜਿੱਦਾਂ ਦੱਸਿਆ 40 ਸਾਲ ਤੋਂ ਮੈਂ ਨਹੀਂ ਦੇਖਿਆ ਇਦਾਂ ਆਕਸੀਜਨ ਘਟਦੀਆਂ ਉਹ ਸਭ ਨੂੰ ਇਹ ਵਾਇਰਸ ਹੈ ਕੋਈ ਕਾਰਨ ਨਹੀਂ ਰਿਪੋਰਟ ਤੇ ਨਾ ਜਾਓ ਰਿਪੋਰਟ ਗਲਤ ਹੋ ਸਕਦੀ ਆ ਬਟ ਮਰੀਜ਼ ਨਹੀਂ ਗਲਤ ਹੋ ਸਕਦਾ ਐ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਚੇਨ ਨੂੰ ਬ੍ਰੇਕ ਕਰਨਾ ਤੇ ਫਿਰ ਅਸੀਂ ਇਸ ਚੇਨ ਨੂੰ ਬ੍ਰੇਕ ਕਿੱਦਾਂ ਕਰ ਸਕਦੇ ਪਹਿਲਾ ਸਵਾਲ ਏ ਆ ਇਹਦੇ ਨਾਲ ਰਲਦੀ ਮਿਲਦੀ ਇੱਕ ਚੀਜ਼ ਕਿ ਜਿਸ ਤਰ੍ਹਾਂ ਤੁਸੀਂ ਆਕਸੀਜਨ ਦੀ ਗੱਲ ਕੀਤੀ ਹੈ ਕਿ ਆਕਸੀਜਨ ਦਾ ਲੈਵਲ ਘਟਦਾ ਮੈਂ ਅਜੇ ਤੱਕ ਨਹੀਂ ਦੇਖਿਆ ਹੁਣ ਤੱਕ ਇਹ ਆਕਸੀਜਨ ਦਾ ਲੈਵਲ ਘਟਣਾ ਹੁੰਦਾ ਈ ਹੈ ਇਹਦੇ ਬਾਰੇ ਵਿੱਚ ਹਮ ਬੜਾ ਜ਼ਰੂਰੀ ਹੈ ਸਮਝਣਾ ਦੇਖੋ ਤੁਸੀਂ ਗੱਲ ਪੁੱਛੀ ਹੈ ਚੇਨ ਨੂੰ ਬ੍ਰੇਕ ਚੇਨ ਸਿੰਪਲ ਆ ਪਰਮਾਤਮਾ ਨਾ ਕਰੇ ਜੇ ਮੈਂ ਪੋਜ਼ਿਟਿਵ ਹਾਂਗਾ ਮੈਂ 10 ਬੰਦਿਆਂ ਨੂੰ ਹੋਰ ਕਰੂੰਗਾ ਆਪਣੇ ਜਿੰਨੇ ਬੰਦੇ ਆਪਣੇ ਆਸ-ਪਾਸ ਦੇ ਆ ਚੇਨ ਤਾਹੀਂ ਬ੍ਰੇਕ ਹੋਣੀ ਪੀ ਜਿਹੜਾ ਪੋਜ਼ਿਟਿਵ ਆ ਜਿਹਨੂੰ ਸ਼ੱਕ ਆ ਉੱਪਰੇ ਹੋ ਗਿਆ ਵਿੱਚੋਂ ਉਹ ਚੇਨ ਚੋਂ ਨਿਕਲ ਗਿਆ ਕੜੀ ਚੇਨ ਆਪੇ ਹੀ ਟੁੱਟ ਗਈ ਜੀ ਆਪਣੇ ਆਪ ਨੂੰ ਕੱਢ ਦੇਣਾ ਆਪਣੇ ਆਪ ਨੂੰ ਸਮਾਜ ਚੋਂ ਪਰਿਵਾਰ ਚੋਂ ਆਪਣੇ ਵਪਾਰ ਚੋਂ ਕੱਢ ਕੇ ਬਾਹਰ ਰੱਖ ਲੋ ਜਿਹਨੂੰ ਵੀ ਸ਼ੱਕ ਹੈਗਾ ਜਦ ਤੱਕ ਇਹਨ ਪੂਰਾ ਇਲਾਜ ਨਾ ਹੋ ਜਵੇ ਆਪਾਂ ਆਪਣੀ ਜ਼ਿੰਦਗੀ ਦਾਅਤੇ ਲਗਾ ਰਹੇ ਆ ਜੇ ਅਸੀਂ ਮਾਸਕ ਦੇ ਬਿਨਾਂ ਬਾਹਰ ਜਾ ਰਹੇ ਆ ਚੇਨ ਤੋੜਨਾ ਇੱਕ ਹੋਰ ਤਰੀਕਾ ਬਹੁਤ ਇੰਪੋਰਟੈਂਟ ਆ ਅੱਜ ਜੇ ਤੱਕ ਜ਼ਰੂਰੀ ਨਹੀਂ ਜਾਇਆ ਬਾਹਰ ਸਰਦਾ ਨਹੀਂ ਤਾਂ ਬਾਹਰ ਜਾਣਾ ਨਹੀਂ ਤਾਂ ਨਹੀਂ ਜਾਣਾ ਜੇ ਅਸੀਂ ਸਾਰੇ ਇਸ ਗੱਲ ਨੂੰ ਅੱਜ ਅਪਣਾ ਲਈਏ ਕਿ ਮੈਂ ਘਰੋਂ ਬਾਹਰ ਕਦਮ ਤਾਂ ਹੀ ਰੱਖਣਾ ਜੇ ਮੈਨੂੰ ਬਿਲਕੁਲ ਜ਼ਰੂਰੀ ਆ ਤੇ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਇਹ ਚੀਨ ਟੁੱਟ ਜਾਏਗੀ ਵਾਇਰਸ ਨੂੰ ਘਰ ਨਹੀਂ ਮਿਲਣਗੇ ਉਸ ਤੋਂ ਬਾਅਦ ਹੱਥ ਧੋਣ ਦੀ ਗੱਲ ਆ ਰਹੀ ਆ ਹੱਥ ਅਸੀਂ ਜਗ੍ਹਾ-ਜਗ੍ਹਾ ਤੇ ਲਗਾਣੇ ਆ ਵਾਇਰਸ ਪਈ ਆ ਸਾਨੂੰ ਨਹੀਂ ਪਤਾ ਹੱਥ ਸਾਬੂਨ ਨਾਲ ਧੋਵੋ ਜ਼ਰੂਰੀ ਨਹੀਂ ਸੈਨੀਟਾਈਜ਼ਰ ਲਗਾਣਾ ਸੈਨੀਟਾਈਜ਼ਰ ਅਲਕੋਹਲ ਬੇਸਡ ਸੈਨੀਟਾਈਜ਼ਰ ਯੂਜ਼ ਕਰਨਾ ਉਹਦੇ ਨਾਲ ਅੱਛੀ ਤਰ੍ਹਾਂ ਮਲਣਾ ਹੱਥ ਵੀ 2-3 ਵਾਰੀ ਧੋਣੇ ਆ ਦੋਸਤੋ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਕਿਹਾ ਜਾਂਦਾ ਮੈਂ ਹਮੇਸ਼ਾ ਕਹਿੰਦਾ ਇਸ ਬਿਮਾਰੀ ਦੇ ਵਿੱਚ ਪ੍ਰੀਵੈਂਸ਼ਨ ਇਜ਼ ਦੀ ਓਨਲੀ ਕਿਉਰ ਕਿ ਜੇ ਅਸੀਂ ਬਚ ਗਏ ਤਾਂ ਸਾਡਾ ਇਲਾਜ ਆ ਹੋ ਗਿਆ ਔਰ ਮੇਰਾ ਮਨ ਇਸ ਕਰਕੇ ਦੁਖੀ ਹਾਂ ਕਿ ਇਤੋਂ ਬਚਣਾ ਕਿੰਨਾ ਆਸਾਨ ਆ ਕਿੰਨਾ ਆਸਾਨ ਆ ਕੁਝ ਕਰਨ ਦੀ ਲੋੜ ਨਹੀਂ ਹੈਗੀ ਕੁਝ ਨਹੀਂ ਕਰਨਾ ਭੀੜ ਵਾਲੀ ਜਗ੍ਹਾ ਤੇ ਨਹੀਂ ਜਾਣਾ ਬੰਦੇ ਮਾਸਕ ਲਗਾਏ ਉਹ ਯਾਰ ਕਰੋ ਤਾਂ ਹੁਣ ਤਾਂ ਕਿਹਾ ਜਾਂਦਾ ਘਰ ਚ ਵੀ ਮਾਸਕ ਲਗਾ ਕੇ ਰੱਖੋ ਵੀ ਪਤਾ ਨਹੀਂ ਕੋਈ ਬੰਦਾ ਨਾ ਹੋਵੇ ਤੇ ਮੈਂ ਇਹ ਗੱਲ ਕਹਿਣੀ ਚਾਹਨਾ ਵਾਂ ਕਿ ਅਸੀਂ ਬ੍ਰੇਕ ਦੀ ਚੇਨ ਕਰਨੀ ਆ ਇਲਾਜ ਵਾਸਤੇ ਤੁਸੀਂ ਕਿਹਾ ਆਕਸੀਜਨ ਘਟਦੀ ਆ ਫੇਫੜਿਆਂ ਦੇ ਵਿੱਚ ਜਦੋਂ ਇਹ ਵਾਇਰਸ ਜਾਂਦੀ ਆ ਉੱਥੇ ਜਮ ਜੰਮ ਜਾਂਦੀ ਆ ਆਮ ਫੇਫੜੇ ਦੇਖੋ ਮੈਂ ਤੁਹਾਨੂੰ ਐਕਸਰੇ ਵੀ ਦਿਖਾਉਣਾ ਚਾਹਾਂਗਾ ਚਾਹੇ ਕਾਲੇ ਹੁੰਦੇ ਆ ਜਦੋਂ ਵਾਇਰਸ ਜਾਂਦੀ ਆ ਫੇਫੜੇ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ ਕਾਲੇ ਕਾਲੇ ਫੇਫੜਿਆਂ ਦੇ ਵਿੱਚ ਜਗਾ ਜਗਾ ਚਿੱਟੇ ਪੈਚੇਸ ਆ ਜਾਂਦੇ ਜਿੰਨੇ ਜ਼ਿਆਦਾ ਚਿੱਟੇ ਪੈਚੇਸ ਆ ਓਨੀ ਜ਼ਿਆਦਾ ਵਾਇਰਸ ਆ ਫੇਫੜਿਆਂ ਦੇ ਵਿੱਚ ਕਾਰਬਨ ਡਾਈਆਕਸਾਈਡ ਬੋਡੀ ਜਿਹੜੀ ਗੰਦੀ ਕਹਿੰਦੇ ਆਸੀਂ ਖੂਨ ਹੈਗਾ ਉਹ ਫੇਫੜਿਆਂ ਚ ਆਂਦਾ ਵਾ ਬਾਹਰੋਂ ਜਿਹੜੀ ਆਕਸੀਜਨ ਹਵਾ ਚੋਂ ਆਂਦੀ ਆ ਫੇਫੜਿਆਂ ਦੇ ਐਕਸਚੇਂਜ ਹੁੰਦੀ ਆ ਕਾਰਬਨ ਡਾਈਆਕਸਾਈਡ ਨਿਕਲ ਜਾਂਦੀ ਆ ਆਕਸੀਜਨ ਚਲ ਜਾਂਦੀ ਖੂਨ ਉਹ ਜਿਹੜੀ ਆਕਸੀਜਨ ਜਾਂਦੀ ਆ ਉਹ ਕਿਉਂਕਿ ਫੇਫੜਿਆਂ ਦੇ ਵਿੱਚ ਵਾਇਰਸ ਜੰਮੇ ਹੋਈਆਂ ਜਿਹੜੀ ਉਹ ਫਿਲਟਰ ਵਾਲਾ ਕੰਮ ਸੀਗਾ ਜਿੱਥੇ ਐਕਸਚੇਂਜ ਹੋਣੀ ਸੀ ਉਹ ਐਕਸਚੇਂਜ ਨਹੀਂ ਹੋ ਪਾਂਦੀ ਤੇ ਇਸ ਕਰਕੇ ਆਕਸੀਜਨ ਦਾ ਲੈਵਲ ਘਟਣਾ ਸ਼ੁਰੂ ਹੋ ਜਾਂਦਾ ਸਾਨੂੰ ਬਾਹਰੋਂ ਆਕਸੀਜਨ ਦੇਣੀ ਪੈਂਦੀ ਆ ਦੋਸਤੋ ਔਖਾ ਟਾਈਮ ਆ ਮੈਂ ਆਪਣੇ ਸਾਰੇ ਮਰੀਜ਼ਾਂ ਨੂੰ ਕਹਿੰਨਾ ਇਹ ਲੜਾਈ ਆ ਇਹ ਲੜਾਈ ਕਿਹਦੀ ਆ ਇੱਕ ਪਾਸੇ ਵਾਇਰਸ ਆ ਦੂਜੇ ਪਾਸੇ ਪਰਿਵਾਰ ਮਰੀਜ਼ ਆ ਪਰਿਵਾਰ ਆ ਤੇ ਹਸਪਤਾਲਨ ਅਸੀਂ ਇਕੋ ਟੀਮ ਚ ਦੋਸਤੋ ਪਲੀਜ਼ ਮੈਂ ਤਾਂ ਉਹ ਗੱਲ ਕਹਿਣੀ ਚਾਹਨਾ ਵਾ ਕਿਸੇ ਵੀ ਹਸਪਤਾਲ ਚ ਕਿਸੇ ਵੀ ਡਾਕਟਰ ਕੋਲ ਇਲਾਜ ਕਰਾ ਰਹੇ ਹੋ ਡਾਕਟਰ ਡਾਕਟਰਾਂ ਦੀ ਟੀਮ ਤੁਸੀਂ ਪਰਿਵਾਰ ਵਾਲੇ ਤੇ ਮਰੀਜ਼ ਇਹ ਇੱਕ ਸਾਈਡ ਤੇ ਹਨ ਦੂਜੇ ਪਾਸੇ ਵਾਇਰਸ ਆ ਲੜਨਾ ਸੀ ਆਪਸ ਚ ਨਹੀਂ ਆਗਾ ਲੜਨਾ ਸੀ ਵਾਇਰਸ ਨਾਲ ਇਕੱਠੇ ਹੋ ਕੇ ਲੜਨਾ ਮਰੀਜ਼ ਦਾ ਮਨੋਬਲ ਮੈਂ ਦੱਸਣਾ ਚਾਹਨਾ ਕਿ ਕੱਲੀ ਸਰੀਰ ਦੀ ਲੜਾਈ ਨਹੀਂ ਮਨ ਦੀ ਵੀ ਆ ਮੈਂ ਬੜੇ ਮਰੀਜ਼ ਦੇਖੇ ਆ ਇੰਨੀ ਨਹੀਂ ਜ਼ਿਆਦਾ ਹਾਲਤ ਖਰਾਬ ਆ ਸਿਟੀ ਖਰਾਬ ਆ ਆਕਸੀਜਨ ਘਟਾ ਡਾਕਟਰ ਸਾਬ ਕੋਈ ਗੱਲ ਨਹੀਂ ਡਾਕਟਰ ਸਾਬ ਕੋਈ ਗੱਲ ਨਹੀਂ ਜਦੋਂ ਜਾਣਾ ਠੀਕ ਆ ਠੀਕ ਆ ਠੀਕ ਆ ਮੈਂ ਨਹੀਂ ਕਹਿੰਦਾ ਠੀਕ ਨਾ ਠੀਕ ਹੁੰਦਾ ਬਟ ਮਨ ਦੀ ਬੜਾ ਰੋਲ ਆ ਅੱਜ ਸਾਈਕੋਸੋਮੈਟਿਕ ਵੀ ਆ ਸਿਸਟਮ ਤਗੜੇ ਰਹਿਣਾ ਡਾਈਟ ਮੈਡੀਸਨ ਦੇ ਬਾਰੇ ਮੈਂ ਕੱਲ ਨਹੀਂ ਕਰਨਾ ਚਾਹਾਂਗਾ ਬਿਲਕੁਲ ਕਿਉਂਕਿ ਜਿਹੜਾ ਵੀ ਤੁਹਾਡਾ ਡਾਕਟਰ ਹੈਗਾ ਵਾ ਉਹ ਬੈਟਰ ਜਾਣਦਾ ਵਾ ਪਰ ਇਹ ਜ਼ਰੂਰ ਆ ਜਿੱਥੇ ਤੱਕ ਹੋ ਸਕੇ ਕਿਸੇ ਮੈਡੀਕਲ ਡਾਕਟਰ ਦੇ ਅੰਡਰ ਸੁਪਰਵੀਜ਼ਨ ਰੋ ਪਲੀਜ਼ ਪਲੀਜ਼ ਆਪਣੇ ਆਪ ਨੂੰ ਡਾਕਟਰ ਤੋਂ ਪਰੇ ਨਹੀਂ ਕਰਨਾ ਪੂਰੀ ਦਵਾਈ ਲੈਣੀ ਆ ਔਰ ਇਹ ਜਿਹੜੀ ਕੱਲ ਸਭ ਤੋਂ ਜ਼ਿਆਦਾ ਨੁਕਸਾਨ ਕਿਨੇ ਕੀਤਾ ਤੁਸੀਂ ਆਏ ਕਿਉਂ ਨਹੀਂ ਜੀ ਬਿਲਕੁਲ ਠੀਕ ਸੀਗਾ ਨਾ ਸਾਹ ਚੜਦਾ ਸੀ ਆਕਸੀਜਨ ਚੈੱਕ ਕਰਦੇ ਸੀਗੇ ਉਹ 90 ਸੀ 94 ਸੀ ਦੋਸਤੋ ਨਹੀਂ ਆਪਾਂ ਕੀ ਇੰਤਜ਼ਾਰ ਕਰ ਰਹੇ ਆ ਵੀ ਮਰੀਜ਼ ਖਰਾਬ ਹੋ ਜਵੇ ਫਿਰ ਜਾਈਏ ਫਿਰ ਬਹੁਤ ਔਖਾ ਵਾ ਜਦੋਂ ਕਿਸੇ ਨੂੰ ਵੈਂਟੀਲੇਟਰ ਲਗਾਉਣਾ ਪੈਂਦਾ ਹੈ ਰਿਕਵਰੀ ਦੇ ਚਾਂਸਸ ਸਮਝ ਲਓ 50% ਰਹਿ ਜਾਂਦੇ ਆ ਉਸ ਤੋਂ ਬਚੀਏ ਬਿਮਾਰੀ ਤੋਂ ਬਚੀਏ ਪਹਿਲਾਂ ਜੇ ਹੋ ਗਈ ਆ ਫਟਾਫਟ ਇਲਾਜ ਕਰੀਏ ਆਪਣੇ ਆਪ ਨੂੰ ਅਲੱਗ ਕਰੀਏ ਤੇ ਐਪਰੋਪ੍ਰੀਏਟ ਇਲਾਜ ਕਰਵਾ ਕੇ ਐ ਨੈਗੇਟਿਵ ਹੋ ਕੇ ਫੇਰ ਹੀ ਪਰਿਵਾਰ ਵਾਲਾ ਨਾਲ ਮਿਲੀਏ ਡਾਕਟਰ ਸਾਹਿਬ ਜਿਹੜੀ ਵੈਕਸੀਨ ਅੱਜ ਕੱਲ੍ਹ ਆਈ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਿ ਵੈਕਸੀਨ ਲਗਾਉਣੀ ਕਿੰਨੀ ਕੁ ਜ਼ਰੂਰੀ ਹੋ ਚੁੱਕੀ ਆ ਔਰ ਅੱਜ ਕੱਲ੍ਹ ਵਕ ਵਕਤਾਂ ਦੀ ਦਵਾਈਆਂ ਦੇ ਨਾਮ ਚੱਲੇ ਨੇ ਲੇਕਿਨ ਇੱਕ ਆਮ ਆਦਮੀ ਵੈਕਸੀਨੇਸ਼ਨ ਲਵਾਉਣ ਵਾਸਤੇ ਸਭ ਤੋਂ ਪਹਿਲਾਂ ਕਿੱਥੇ ਜਾਵੇ ਇਹ ਸਾਰੀ ਜਿਹੜੀ ਵੈਕਸੀਨਸ ਆ ਇਹਨਾਂ ਦਾ ਮਤਲਬ ਕੀ ਹੁੰਦਾ ਕਿ ਐਸੇ ਉਹੀ ਜਿਹੜੀ ਵਾਇਰਸ ਹੈਗੀ ਆ ਅਸੀਂ ਉਹਨੂੰ ਜੈਨੇਟਿਕਲੀ ਇੰਜੀਨੀਅਰ ਕਰਕੇ ਉਹਨੂੰ ਬਿਮਾਰੀ ਕਰਨ ਤੋਂ ਉਹਦੀ ਸ਼ਮਤਾ ਘਟਾ ਦਿੰਨੇ ਆ ਪਰ ਸਰੀਰ ਨੂੰ ਲੱਗਦਾ ਵੀ ਮੇਰੀ ਵੈਕਸੀਨ ਆ ਗਈ ਆ ਤੇ ਬਾਡੀ ਦੇ ਅੰਦਰ ਪ੍ਰਮਾਤਮਾ ਨੇ ਇੱਕ ਤਾਕਤ ਇੱਕ ਇਮਿਊਨ ਸਿਸਟਮ ਦਿੱਤਾ ਸਮਝੋ ਕੋਈ ਦੁਸ਼ਮਣ ਆਂਦਾ ਤੇ ਘਰ ਦੇ ਸਾਰੇ ਬੰਦੇ ਉਨੀ ਪੈ ਜਾਂਦੇ ਇਦਾਂ ਹੀ ਉਹ ਇਮਿਊਨ ਸਿਸਟਮ ਐਕਟਿਵ ਹੋ ਜਾਂਦਾ ਉਹ ਉਸ ਉਸ ਜਿਹੜੇ ਅੰਦਰ ਇੰਜੈਕਟ ਕੀਤਾ ਉਹ ਹੁੰਦੀ ਵਾਇਰਸ ਹੀ ਆ ਉਹਦਾ ਹੀ ਹਿੱਸਾ ਹੁੰਦਾ ਉਸ ਨੂੰ リアクト ਕਰ ਲਈ फटाफट ਇਮਿਊਨ ਸਿਸਟਮ ਐਂਟੀਬਾਡੀਜ਼ ਬਣਾਉਂਦਾ ਤਾਂ ਕਿ ਉਹਨੂੰ ਉੱਥੇ ਖਤਮ ਕਰਤਾ ਜਾਵੇ ਇਸੇ ਕਰਕੇ ਫੀਵਰ ਵੀ ਹੁੰਦਾ ਵਾ ਬੁਖਾਰ ਹੋ ਸਕਦਾ 2 ਦਿਨ 4 ਦਿਨ ਕਈਆਂ ਨੂੰ ਬੁਖਾਰ ਲੰਬਾ ਵੀ ਹੋ ਗਿਆ ਵੈਕਸੀਨ ਕਰवानी ਚਾਹੀਦੀ ਆ ਪਹਿਲਾਂ ਕੁਝ ਭ੍ਰਾਂਤੀਆਂ ਆਈਆਂ ਸੀ ਲੋਕਾਂ ਦੇ ਵਿੱਚ ਕਿ ਵੈਕਸੀਨ ਜਿਹੜੀ ਆ ਉਹ ਪਤਾ ਨਹੀਂ ਐਦਾਂ ਵਾ ਐਦਾਂ ਵਾ ਦੋਸਤੋ ਸੀ ਆਪ ਕੋਈ ਇਜਾਦ ਨਹੀਂ ਕਰ ਸਕਦੇ ਆਪਾਂ ਕੋਈ ਆਪ ਇਨਵੈਂਸ਼ਨ ਨਹੀਂ ਕੀਤੀ ਕੋਈ ਡਿਸਕਵਰੀ ਨਹੀਂ ਸਾਨੂੰ ਆਪਣੇ ਸਾਇੰਟਿਸਟ ਤੇ ਆਪਣੇ ਸਰਕਾਰਾਂ ਤੇ ਦੁਨੀਆ ਭਰ ਦੇ ਜਿਹੜੀ WHO ਬਾਡੀਜ਼ ਤੇ ਮੈਡੀਕਲ ਬਾਡੀਜ਼ ਤੇ ਡਿਪੈਂਡ ਕਰਨਾ ਪੈਣਾ ਫੋਰਚੂਨੇਟਲੀ ਹਿੰਦੁਸਤਾਨ ਦੇ ਵਿੱਚ ਵੈਕਸੀਨ ਬਣਨੀ ਆ ਸ਼ੁਰੂ ਹੋ ਗਈਆਂ ਇੱਕ ਕੋਵਾ ਸ਼ੀਲਡ ਹੈ ਇੱਕ ਕੋਵੈਕਸਿਨਾ ਬਹੁਤ ਆ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਹਲੇ ਤੱਕ ਜਿਹੜੀ ਮਿਲਦੀ ਆ ਤੁਸੀਂ ਲਗਵਾ ਲਓ ਦੋ ਡੋਜ਼ਿਸ ਲਗਵਾਨੀਆਂ ਹੈਗੀਆਂ ਮਾਂ ਪਹਿਲੀ ਡੋਜ਼ ਤੋਂ ਬਾਅਦ 6 ਤੋਂ 8 ਹਫ਼ਤੇ ਬਾਅਦ ਕੋਵਾ ਸ਼ੀਲਡ ਦੀ 4 ਤੋਂ 6 ਹਫ਼ਤੇ ਬਾਅਦ ਕੋ ਵੈਕਸੀਨ ਦੀ ਦੂਸਰੀ ਡੋਜ਼ ਲਗਵਾਨੀ ਆ ਹੁਣ ਇਹ ਪ੍ਰਾਈਵੇਟ ਦੇ ਵਿੱਚ ਵੀ ਆ ਗਈ ਕਿੱਥੇ ਜਾਣਾ ਸਰਕਾਰੀ ਸਾਰੇ ਅਦਾਰਿਆਂ ਚ ਫ੍ਰੀ ਆ ਫਿਰ ਸਰਕਾਰ ਨੇ ਜਿਦਾਂ ਸਾਡੇ ਸਾਰੇ ਪ੍ਰਾਈਵੇਟ ਹਸਪਤਾਲਾਂ 'ਚ ਲਾਊ ਕਰ ਦਿੱਤਾ 250 ਰੁਪਏ ਦੀ ਇੱਕ ਡੋਜ਼ ਲੱਗ ਸਕਦੀ ਹੈ ਪਹਿਲੀ ਔਰ ਦੂਜੀ ਦੋਸਤੋ ਵੈਕਸੀਨ ਜਿਹੜੀ ਹੈਗੀ ਆ ਇਹ ਲਗਵਾਨੀ ਇਹ ਹਰਡ ਇਮਿਊਨਿਟੀ ਵਾਸਤੇ ਸਾਰੇ ਤਾਂ ਕਿ ਮジョਰਿਟੀ ਪਾਪੂਲੇਸ਼ਨ ਨੂੰ ਅਗਰ ਵੈਕਸੀਨ ਲੱਗ ਗਈ ਤਾਂ ਜੇਕਰ ਕਿਸੇ ਨੂੰ ਹੋਊਗਾ ਵੀ ਜਿਹਨੂੰ ਕਿਸੇ ਨੂੰ ਵਾਇਰਸ ਗਈ ਵੀ ਉਹਦੇ ਅੰਦਰ ਐਂਟੀਬਾਡੀਜ਼ ਉਹ ਨਾਲ ਲੜਨਗੀਆਂ ਖਤਮ ਕਰ ਦੇਣਗੀਆਂ ਬਿਮਾਰੀ ਵੀ ਹੋਊਗੀ ਤਾਂ ਬਿਮਾਰੀ ਘੱਟ ਹੋਏਗੀ ਡੈਥਸ ਬਹੁਤ ਘੱਟ ਹੋਈਆਂ ਜਿਨ੍ਹਾਂ ਦੇ ਦੋ ਦੋ ਡੋਜ਼ ਵੈਕਸੀਨ ਲੱਗ ਗਈਆਂ ਦੋਸਤੋ ਇਸ ਦੁਨੀਆ 'ਚ ਕੋਈ ਚੀਜ਼ ਐਬਸੋਲਿਊਟ ਨਹੀਂ ਹੈਗੀ ਕੋਈ ਵੀ ਚੀਜ਼ ਐਬਸੋਲੂਟਲੀ ਵੱਡੇ ਤੋਂ ਵੱਡਾ ਹਸਪਤਾਲ ਵੱਡੇ ਤੋਂ ਵੱਡਾ ਡਾਕਟਰ ਵੱਡੇ ਜਿਆਦਾ ਤੋਂ ਜਿਆਦਾ ਪੈਸਾ ਵੀ ਕਿਸੇ ਹਰ ਇੱਕ ਬੰਦੇ ਨੂੰ ਨਹੀਂ ਬਚਾ ਸਕਿਆ ਜਿਹਨੇ ਆਣਾ ਉਹਨੇ ਜਾਣਾ ਹੀ ਹੈ ਬਟ ਮੈਂ ਇਹ ਚਾਹਾਂਗਾ ਮੈਂ ਤੁਹਾਨੂੰ ਪਰਸਨਲ ਲੈਵਲ ਤੇ ਵੀ ਇਹਹੀ ਬੇਨਤੀ ਕਰਾਂਗਾ ਬਚੋ 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 ਬਚਣ ਵਾਸਤੇ ਖੂਨ ਤੋਂ ਬਚੋ ਫਲਾਂ ਤੋਂ ਬਚੋ ਇਲਾਜ ਦੇਰੀ ਤੋਂ ਬਚੋ ਤੇ ਵੈਕਸੀਨ ਲਗਵਾ ਕੇ ਵੈਕਸੀਨ ਇਹ ਬਿਮਾਰੀ ਤੋਂ ਬਿਲਕੁਲ ਬਚਾਉਂਦੀ ਹੈ। ਹਾਂ ਜੀ ਡਾਕਟਰ ਸਾਹਿਬ ਇੱਕ ਚੀਜ਼ ਬੜੀ ਇਹਦੇ ਵਿੱਚ ਦੇਖਣ ਚ ਆ ਰਹੀ ਹੈ ਇਸ ਬਿਮਾਰੀ ਦੇ ਵਿੱਚ ਕਿ ਜਦੋਂ ਆਕਸੀਜਨ ਦਾ ਲੈਵਲ ਡਾਊਨ ਹੋ ਜਾਂਦਾ ਕਿਸੇ ਵੀ ਇੱਕ ਆਮ ਗੁ ਵੀ ਉਸ ਟਾਈਮ ਤੇ ਉਹਨੂੰ ਨਹੀਂ ਪਤਾ ਹੁੰਦਾ ਕਿ ਮੈਂ ਮਰੀਜ਼ ਹਾਂ। ਲੇਕਿਨ ਇੱਕ ਆਮ ਆਦਮੀ ਦਾ ਆਕਸੀਜਨ ਲੈਵਲ ਜਦੋਂ ਡਾਊਨ ਹੋ ਜਾਂਦਾ ਉਸ ਟਾਈਮ ਉਹਨੂੰ ਸਭ ਤੋਂ ਪਹਿਲਾਂ ਜਾਂ ਉਹਦੇ ਆਲੇ ਦੁਆਲੇ ਖੜੇ ਲੋਕਾਂ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ? ਦੂਸਰੀ ਗੱਲ ਜਿਹੜੀ ਬਹੁਤ ਜ਼ਿਆਦਾ ਮਤਲਬ ਇੰਪੋਰਟੈਂਟ ਹੈ ਕਿ ਉਸ ਟਾਈਮ ਤੋਂ ਬਾਅਦ ਜਾਂ ਉਸ ਵੇਲੇ ਜਾਂ ਇੱਕ ਆਮ ਆਦਮੀ ਨੂੰ ਟੈਸਟ ਕਿਹੜੇ ਕਿਹੜੇ ਕਰਵਾਉਣਾ ਚਾਹੀਦਾ ਹੈ ਬਹੁਤ ਇੰਪੋਰਟੈਂਟ ਸਵਾਲ ਆ ਮੈਂ ਦੂਜੇ ਸਵਾਲ ਦਾ ਜਵਾਬ ਪਹਿਲਾਂ ਦਵਾਂਗਾ ਠੀਕ ਹੈ ਜੀ ਕਿ ਜਦੋਂ ਵੀ ਤੁਹਾਨੂੰ ਸ਼ੱਕ ਪੈਂਦਾ ਹੈ ਇੱਕ ਸਿੰਪਲ ਸੀਬੀਸੀ ਟੈਸਟ ਹੈਗਾ ਜਿਹੜਾ ਇਨਫੈਕਸ਼ਨ ਦੱਸਦਾ ਵਾ ਡਾਇਬਟੀ ਜਿਹੜੇ ਲੋਕਾਂ ਨੂੰ ਸ਼ੂਗਰ ਹੈ ਦੇਖਿਆ ਗਿਆ ਵਾ ਕਿ ਇਸ ਬਿਮਾਰੀ ਦੇ ਵਿੱਚ ਬੜੇ ਲੋਕਾਂ ਨੂੰ ਪਹਿਲੀ ਵਾਰੀ ਸ਼ੂਗਰ ਦਾ ਪਤਾ ਲੱਗਾ ਇਹਦਾ ਕਾਰਨ ਜਿਹੜਾ ਮੈਂ ਸਮਝਦਾ ਇੱਕ ਤਾਂ ਬਿਮਾਰੀ ਵੀ ਹੋ ਸਕਦੀ ਹੈ ਇਹ ਅਸਰ ਕਰਦੀ ਦੂਜਾ ਸਟ्रेस ਹੈਗਾ ਇਕਦਮ ਸਟ्रेस ਹੁੰਦਾ ਬੰਦੇ ਨੂੰ ਕਿ ਮੈਨੂੰ ਕਰੋਨਾ ਪੋਜ਼ਿਟਿਵ ਹੋ ਗਿਆ। ਤੀਸਰੀ ਗੱਲ ਆ ਜਿਹੜੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਕਰੋਨਾ ਦੇ ਵਿੱਚ ਉਹ ਸਟੀਰੋਇਡ ਦੇਨੇ ਪੈਂਦੇ ਹੈ ਉਹ ਵੀ ਸ਼ੂਗਰ ਲੈਵਲ ਵਧਾਉਂਦੇ ਆ ਇਸ ਕਰਕੇ ਸ਼ੂਗਰ ਲੈਵਲ ਦੇਖਣਾ ਬਹੁਤ ਇੰਪੋਰਟੈਂਟ ਆ ਪਿਹਤ ਨਹੀਂ ਤਾਂ ਕਿ ਸਾਨੂੰ ਪਤਾ ਲੱਗ ਜੇ ਬੇਸਲਾਈਨ ਲਿਵਰ ਫੰਕਸ਼ਨ ਬੜਾ ਇੰਪੋਰਟੈਂਟ ਆ ਕਿਉਂਕਿ ਲਿਵਰ ਤੇ ਵੀ ਅਸਰ ਕਰਦੀ ਆ ਕਿਡਨੀ ਫੰਕਸ਼ਨ ਬੜਾ ਇੰਪੋਰਟੈਂਟ ਆ ਜੇ ਕਿਡਨੀ ਦੀ ਵੀ ਪ੍ਰੋਬਲਮ ਹੈਗੀ ਆ ਤਾਂ ਉਹਨਾਂ ਮਰੀਜ਼ਾਂ ਦੇ ਵਿੱਚ ਕਰੋਨਾ ਜ਼ਿਆਦਾ ਘਾਤਕ ਹੈ ਉਸ ਤੋਂ ਬਾਅਦ ਸੀਆਰਪੀਕ ਲੈਵਲ ਆ ਸੀ ਰिएक्टਿਵ ਪ੍ਰੋਟੀਨਸ ਹੈਗਾ ਉਹਨਾਂ ਦਾ ਕੁਆਂਟੀਟੇਟਿਵ ਹੋਣਾ ਜਾਂ ਨਾ ਹੋਣਾ ਇੱਕ ਚੀਜ਼ ਆ ਕਿੰਨੀ ਹੈਗੀ ਆ ਇਹ ਸਾਨੂੰ ਬਿਮਾਰੀ ਬਾਰੇ ਵੀ ਦੱਸਦਾ ਤੇ ਬਿਮਾਰੀ ਬਾਅਦ ਵਿੱਚ ਦੇਖਣ ਵਾਸਤੇ ਕਿ ਬਿਮਾਰੀ ਘਟੀ ਆ ਕਿ ਵਧੀ ਆ ਉਹਦੇ ਵਿੱਚ ਵੀ ਸਹਾਇਕ ਹੈਗਾ ਐਕਸ ਰੇ ਚੈਸਟ ਬਹੁਤ ਇੰਪੋਰਟੈਂਟ ਆ ਐਬਸੋਲੂਟਲੀ ਮਸਟ ਆ ਜਿੱਦਨ ਤੁਹਾਨੂੰ ਸ਼ੱਕ ਪਿਆ ਉਹਦੇ ਨਹੀਂ ਕਰਵਾ ਲੋ ਤਾਂ ਕਿ ਸਾਡੇ ਕੋਲ ਇੱਕ ਬੇਸਲਾਈਨ ਐਕਸ ਰੇ ਹੋਵੇ ਉਹਦੇ ਵਿੱਚ ਸਾਨੂੰ ਡਾਕਟਰਸ ਨੂੰ ਮਤਲਬ ਪਤਾ ਲੱਗ ਜਾਂਦਾ ਜਿੰਨ ਵੀ ਜਾਂਦਾ ਐਕਸ-ਰੇ ਪੜਨਾ ਵੀ ਇਹਨੂੰ ਆਇਆ ਇਹ ਬਿਮਾਰੀ ਹੋ ਸਕਦੀ ਹੈ ਕਿ ਨਹੀਂ ਕਿੰਨੀ ਕੁ ਹੋ ਸਕਦੀ ਉਸ ਤੋਂ ਬਾਅਦ ਸੀਟੀ ਚੈਸਟ ਜਿਹੜਾ ਵਾ ਸੀਟੀ ਚੈਸਟ ਦੋਸਤੋ ਇਹ ਇਲਾਜ ਨਹੀਂ ਹੈਗਾ ਕੋਈ ਇਹ ਸਿਰਫ ਇੱਕ ਟੈਸਟ ਹੈਗਾ ਮੈਂ ਇਹ ਕਹਿਣਾ ਚਾਹੁੰਦਾ ਇਸ ਕਰਕੇ ਵੀ ਜੇ ਨਹੀਂ ਵੀ ਹੋਇਆ ਤਾਂ ਘਬਰਾਓ ਨਾ ਜੇ ਐਕਸ-ਰੇ ਚ ਆ ਗਿਆ ਤਾਂ ਸੀਟੀ ਤੁਹਾਡਾ ਹੋਣਾ ਹੀ ਆ ਅਸੀਂ ਸੀਟੀ ਨੂੰ 25 ਹਿੱਸਿਆਂ ਦੇ ਵਿੱਚ ਵੰਡ ਕੇ ਦੇਖਦੇ ਹੈਗੇ ਆ ਕਿ ਕਿੰਨੇ-ਕਿੰਨੇ ਹਿੱਸੇ ਇਨਵੋਲਡ ਹੈਗੇ ਆ ਤਿੰਨ ਹਿੱਸੇ ਅਸੀਂ ਇੱਕ ਪਾਸੇ ਦੇ ਲੈਨੇ ਆ ਦੋ ਹਿੱਸੇ ਅਸੀਂ ਇੱਕ ਪਾਸੇ ਦੇ ਲੈਨੇ ਆ ਉਹ 25 ਚੋਂ ਕਿਸੇ ਦੇ 12 ਸਕੋਰ ਆ ਕਿਸੇ ਦਾ 15 ਸਕੋਰ ਆ ਕਿਸੇ ਦਾ 18 ਸਕੋਰ ਆ ਸਾਨੂੰ ਇਹ ਤਾਂ ਦੱਸਦਾ ਵਾ ਕਿ ਬਿਮਾਰੀ ਕਿੰਨੀ ਕਿ ਜ਼ਿਆਦਾ ਵਾ ਪਰ ਇਲਾਜ ਦੇ ਵਿੱਚ ਕੋਈ ਤਬਦੀਲੀ ਨਹੀਂ ਹੈਗੀ ਸਾਨੂੰ ਇਹ ਪਤਾ ਲੱਗਦਾ ਕਿ ਜ਼ਿਆਦਾ ਹੈਗਾ ਤਾਂ ਇਸ ਨੂੰ ਵੈਂਟੀਲੇਟਰ ਦੀ ਲੋੜ ਪੈ ਸਕਦੀ ਹੈ ਸੋ ਜੇਕਰ ਸੀਟੀ ਨਹੀਂ ਵੀ ਅਵੇਲੇਬਲ ਨਹੀਂ ਵੀ ਹੋਇਆ ਘਬਰਾਓ ਨਾ ਡਾਕਟਰ ਸਾਹਿਬ ਕੋਈ ਡਾਕਟਰ ਤੁਸੀਂ ਐਕਸ-ਰੇ ਦੇਖ ਕੇ ਇਲਾਜ ਤਾਂ ਸ਼ੁਰੂ ਕਰੋ ਠੀਕ ਹੈ ਸੋ ਸੀਟੀ ਸਕੈਨ ਸਾਨੂੰ ਇਹ ਦੱਸਦਾ ਸਵੈਰਿਟੀ ਇਸ ਤੋਂ ਇਲਾਵਾ ਡੀ ਡਾਈਮਰ ਟੈਸਟ ਹੁੰਦਾ ਵਾ ਇਹਦੇ ਵਿੱਚ ਕੀ ਹੋ ਰਹੀਆਂ ਜ਼ਿਆਦਾ ਮੋਤਾਂ ਜਿਹੜੀਆਂ ਆ ਰਹੀਆਂ ਖੂਨ ਨੂੰ ਜੰਮਣ ਦੀ ਤਾਕਤ ਨੂੰ ਬਹੁਤ ਜ਼ਿਆਦਾ ਹੋ ਜਾਂਦੀ ਹੈ ਖੂਨ ਜਿਵੇਂ ਜੰਮ ਕੇ ਤੱਬੇ ਬੰਦ ਜਾਂਦੇ ਆ ਔਰ ਫੇਫੜਿਆਂ ਦਾ ਕੰਮ ਔਰ ਰੁਕ ਜਾਂਦਾ ਡੀ ਡਾਈਮਰ ਸੰ ਟੈਸਟ ਦੱਸਦਾ ਵੀ ਉਹਦੀ ਕੀ ਪੋਜੀਸ਼ਨ ਆ ਆਈ ਐਲ 6 ਟੈਸਟ ਹੈਗਾ ਵਾ ਇਸ ਤੋਂ ਇਲਾਵਾ ਜੇ ਹਾਰਟ ਦੀ ਪ੍ਰੋਬਲਮ ਹੈਗੀ ਜਾਂ ਸ਼ੂਗਰ ਹੈਗੀ ਤਾਂ ਈ ਸੀ ਜੀ ਬੜੀ ਜ਼ਰੂਰੀ ਹੈ ਕਿਉਂਕਿ ਇਸ ਮਰੀਜ਼ ਨੂੰ ਹਾਰਟ ਦੀ ਬਿਮਾਰੀ ਹੋਣ ਦਾ ਚਾਂਸ ਜ਼ਿਆਦਾ ਵਾ ਇਸ ਕਰਕੇ ਈ ਸੀ ਜੀ ਵੀ ਇੱਕ ਬੇਸ ਲਾਈਨ 50 ਸਾਲ ਤੋਂ ਉੱਪਰ ਹੋ ਜਾਣੀ ਚਾਹੀਦੀ ਹੈ ਆਕਸੀਜਨ ਘਟਣ ਦੀ ਤੁਸੀਂ ਗੱਲ ਕੀਤੀ ਦੇਖੋ ਪਹਿਲਾਂ ਤਾਂ ਉਹਨੂੰ ਬਿਮਾਰੀ ਹੋ ਗਈ ਉਹਨ ਬੁਖਾਰ ਹੋ ਗਿਆ ਇੱਕਦਮ ਨਹੀਂ ਆਕਸੀਜਨ ਘਟਦੀ ਜ਼ਰੂਰੀ ਹੈ ਬੁਖਾਰ ਖਾਂਸੀ ਥੋੜਿਆ ਜਿਹਾ ਸਾਹ ਆਕਸੀਜਨ ਪੂਰੀ ਸਾ ਚੜਨਾ ਉਸ ਲੱਛਣ ਹੈਗੇਨ ਇਗਨੋਰ ਨਾ ਕਰੋ ਜਦੋਂ ਆਕਸੀਜਨ ਘਟਦੀ ਹੈ ਤੇ ਆਕਸੀਜਨ ਦੀ ਲੋੜ ਆ ਆਮ ਤੌਰ ਤੇ ਆਕਸੀਜਨ ਦੀ ਮਿਨਰਦਾਤ 92% ਤੋਂ ਉੱਪਰ ਹੁੰਦੀ ਆ ਐਸ ਪੀਓ2 ਜਿਹੜੀ ਅਸੀਂ ਫਿੰਗਰ ਨਾਲ ਦੇਖਦੇ ਆ ਜੇ ਘਟਦੀ ਹੈ ਕੀ ਤਾਂ ਇਮੀਡੀਏਟਲੀ ਹਸਪੀਟਲ ਨੂੰ ਅਪਰੋਚ ਕਰੋ ਤਾਂ ਕਿ ਲੰਗਸ ਬਚ ਜਾਣ ਮੈਡੀਸਿਨ ਸਟਾਰਟ ਹੋ ਜਵੇ ਐਂਟੀ viral ਮੈਡੀਸਿਨ ਸਟਾਰਟ ਹੋ ਜਵੇ ਕੁਝ ਹੋਰ ਦਵਾਈਆਂ ਇਮਿਊਨਿਟੀ ਵਧਾਣ ਲਈ ਆ ਉਹ ਸਟਾਰਟ ਹੁੰਦੀਆਂ ਜੇ ਸੈਕੰਡਰੀ ਇਨਫੈਕਸ਼ਨ ਆ ਉਹਦੇ ਵਾਸਤੇ ਐਂਟੀਬਾਇਓਟਿਕਸ ਦਿੱਤੇ ਜਾਂਦੇ ਹਨ ਕੁਝ ਸਟੇਰੋਇਡ ਦਿੱਤੇ ਜਾਂਦੇ ਹਨ ਤਾਂ ਕਿ ਜਿਹੜੀ ਲੰਗਸ ਦੇ ਵਿੱਚ ਫਾਈਬਰੋਸਿਸ ਨਾ ਹੋਵੇ ਵੀ ਬੰਦਾ ਬਿਮਾਰੀ ਤੋਂ ਤਾਂ ਬਚ ਗਿਆ ਕਰੋਨਾ ਤੋਂ ਪਰ ਫਿਰ ਲੰਗਸ ਖਰਾਬ ਹੋ ਗਏ ਫਿਰ ਵੀ ਪੰਗੇ ਚ ਸੋ ਅਸੀਂ ਜਦੋਂ ਵੀ ਇਲਾਜ ਕਰਨਾ ਅਸੀਂ ਸਾਰੇ ਐਂਗਲਸ ਨੂੰ ਦੇਖ ਕੇ ਜਿਵੇਂ 슈ਗਰ ਆ 슈ਗਰ ਦਾ ਕਰਨਾ ਬਲੱਡ ਪ੍ਰੈਸ਼ਰ ਆ ਕੋਲੇਸਟ ਇਹਦੇ ਵਿੱਚ ਇੱਕ ਐਟੋਰਵਾਸਟੈਟਿਨ ਜਿਹੜੇ ਸਟੈਟਿਨ ਹੈਗੇ ਉਹਨਾਂ ਦਾ ਵੀ ਬੜਾ ਰੋਲ ਹੈਗਾ ਉਹ ਖੂਨ ਨੂੰ ਜੰਮਣ ਦੀ ਤਾਕਤ ਘਟਾਉਂਦੇ ਆ ਠੀਕ ਹੈ ਇੱਕ ਲੋ ਮੋਲੀਕੂਲਰ ਵੇਟ ਹੈਪਰਨ ਹੈਗਾ ਉਹ ਵੀ ਇੰਜੈਕਸ਼ਨ ਜਿਹੜੇ ਲਗਾਣੇ ਪੈਂਦੇ ਆ ਫਿਰ ਉਸ ਤੋਂ ਬਾਅਦ ਉਹਨੀਆਂ ਗੋਲੀਆਂ ਦੇਣੀਆਂ ਪੈਂਦੀਆਂ ਤਾਂ ਕਿ ਖੂਨ ਜੰਮੇ ਨਾ ਅੰਦਰ ਡਾਕਟਰ ਸਾਹਿਬ ਇੱਕ ਬੜੀ ਖਾਸ चीज ਆਉਂਦੀ ਹੈ ਯੋਗਾ ਜਿਹੜੀ ਕਿ ਹਿੰਦੁਸਤਾਨ ਦੀ ਉਤਪਤੀ ਹੈ ਚਾਹੇ ਗੰਗਾ ਜੀ ਦੇ ਕਿਨਾਰੇ ਬੈਠ ਕੇ ਮੁੰਗੇਰ ਵਾਲੀ ਜਗ੍ਹਾ ਤੋਂ ਇਹ ਉਤਪਤੀ ਹੋਈ ਹੈ ਲੇਕਿਨ ਪੂਰੀ ਦੁਨੀਆ ਦੇ ਵਿੱਚ ਅੱਜ ਯੋਗਾ ਜਿਹੜਾ ਹੈ ਉਹ ਬਹੁਤ ਅਹਿਮ ਭੂਮਿਕਾ ਨਿਭਾ ਰਿਹਾ ਹੈ ਕੋਵਿਡ 19 ਦੇ ਵਿੱਚ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ ਕਿ ਯੋਗਾ ਇਸ ਬਿਮਾਰੀ ਦੇ ਵਿੱਚ ਕਿੰਨਾ ਕੁ ਜ਼ਿਆਦਾ ਫਾਇਦੇਮੰਦ ਹੈ ਲੋਕਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਯੋਗਾ ਜਿਹੜਾ ਵਾ ਸਾਰੇ ਸਰੀਰ ਲਈ ਬੜੇ ਤਰੀਕੇ ਨਾਲ ਹੈਲਪਫੁਲ ਹੈਗਾ ਇਮਿਊਨਿਟੀ ਨੂੰ ਵਧਾਉਂਦਾ ਯੋਗਾ ਤੁਹਾਡੀ ਮੈਂਟਲ ਪਾਵਰ ਨੂੰ ਵਧਾਉਂਦਾ ਵਾ ਤੁਹਾਡੀ ਡਿਜ਼ੀਜ਼ ਨਾਲ ਲੜਨ ਦੀ ਸ਼ਮਤਾ ਨੂੰ ਕੋਈ ਵੀ ਡਿਜ਼ੀਜ਼ ਨਾਲ ਲੜਨ ਦੀ ਸ਼ਮਤਾ ਨੂੰ ਯੋਗਾ ਇੰਪਰੂਵ ਕਰਦਾ ਹੋਰ ਰਹੀਆਂ ਯੋਗਾ ਦੀਆਂ ਬਰੀਥਿੰਗ ਐਕਸਰਸਾਈਜ਼ ਹੈ ਉਹ ਲੰਗਸ ਨੂੰ ਤਾਕਤ ਦਿੰਦੀਆਂ ਤਾਂ ਕਿ ਛੋਟੀ ਮੋਟੀ ਲੰਗ ਜਿਹੜੀ ਬਿਮਾਰੀ ਹੈ ਉਹ ਵੱਧ ਕੇ ਵੱਡੀ ਨਹੀਂ ਹੋਵੇ ਉੱਥੇ ਹੀ ਦਬ ਲੋ ਇਹ ਇੱਕ ਕੁਸ਼ਤੀ ਹੈ ਵਾਇਰਸ ਤੇ ਬੰਦੇ ਦੀ ਇਮਿਊਨਿਟੀ ਬੰਦੇ ਦੀ ਤਾਕਤ ਦੀ ਜੇ ਬੰਦੇ ਦੀ ਤਾਕਤ ਨੇ ਢਾ ਲਿਆ ਖਤਮ ਹੋ ਗਿਆ ਜੇ ਵਾਇਰਸ ਨੇ ਢਾ ਲਿਆ ਤੇ ਬੰਦਾ ਖਤਮ ਹੋ ਗਿਆ ਗੱਲ ਤਾਂ ਬਿਲਕੁਲ ਸਿੱਧੀ ਆ ਅਸੀਂ ਵਾਇਰਸ ਨੂੰ ਬਚਨਾ ਵਾ ਆਪਣੀ ਤਾਕਤ ਨੂੰ ਵਧਾਣਾ ਤੇ ਯੋਗਾ ਦਾ ਬਹੁਤ ਅੱਛਾ ਰੋਲ ਆ ਇਮਿਊਨਿਟੀ اور ਬਾਡੀ ਨੂੰ ਸਟਰੈਂਥਨ ਕਰ ਰਹੀ ਮੈਂ ਇਹੇ ਸ਼ੁਭ ਕਾਮਨਾਵਾਂ ਦਿੰਨਾ ਕਿ ਪ੍ਰਮਾਤਮਾ ਜਲਦੀ ਤੋਂ ਜਲਦੀ ਸਾਡੇ ਪ੍ਰਦੇਸ਼ ਨੂੰ ਸਾਡੇ ਦੇਸ਼ ਨੂੰ ਇਸ ਦੁਨੀਆ ਨੂੰ ਇਸ ਹਾ ਹਾ ਕਰਮਚਾਨ ਵਾਲੀ ਇਹ ਮਾਰਨ ਵਾਲੀ ਕਿਲਿੰਗ ਬਿਮਾਰੀ ਤੋਂ ਮੁਕਤ ਕਰੇ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਹੀ ਕਦਮ ਦੇਣਾ ਪੈਣਾ ਫੇਰ ਇਹ ਬਿਮਾਰੀ ਵਿਆਸ਼ਵਿਕ ਪੱਧਰ ਤੇ ਜਾਏਗੀ ਦੱਸ ਕੋ ਜਿਸ ਤਰ੍ਹਾਂ ਕਿ ਹੁਣੇ ਤੁਸੀਂ ਸੁਣਿਆ ਡਾਕਟਰ ਬਲਰਾਜ ਗੁਪਤਾ ਹੋਰਾਂ ਦੇ ਕੋਲੋਂ ਕਿ ਕਿਸ ਤਰ੍ਹਾਂ ਕੋਵਿਡ 19 ਦੀ ਬਿਮਾਰੀ ਬਹੁਤ ਦੁਨੀਆ ਦੇ ਵਿੱਚ ਵਧਦੀ ਜਾ ਰਹੀ ਹੈ ਔਰ ਸੈਕੰਡ ਫੇਸ ਨੇ ਹਿੰਦੁਸਤਾਨ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਤੁਸੀਂ ਵੱਧ ਤੋਂ ਵੱਧ ਕੋਸ਼ਿਸ਼ ਇਹ ਕਰੋ ਕਿ ਆਪਣੇ ਆਪ ਦੇ ਨਾਲ ਇਹ ਪ੍ਰਣ ਕਰ ਲੋ ਕਿ ਮੈਂ ਸੋਸ਼ਲ ਡਿਸਟੈਂਸ ਨੂੰ ਪੂਰਾ ਫਾਲੋ ਕਰਨਾ ਜਿਹੜਾ ਪ੍ਰੋਟੋਕੋਲ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਉਸ ਨੂੰ ਫਾਲੋ ਕਰਨਾ ਔਰ ਜੇ ਹਲਕੇ ਹਲਕੇ ਲੱਛਣ ਤੁਹਾਨੂੰ ਨਜ਼ਰ ਆ ਰਹੇ ਨੇ ਉਸ ਲੱਛਣਸ ਨੂੰ ਤੇ ਨਹੀਂ ਤੁਸੀਂ ਇੰਨਾ ਹੌਲੀ ਨਹੀਂ ਸਮਝਣਾ ਤੁਸੀਂ ਇਹ ਦੇਖਣਾ ਕਿ ਇਹ ਕਾਨੂੰ ਇੱਕ ਬਹੁਤ ਵੱਡੀ ਬਿਮਾਰੀ ਦਾ ਰੂਪ ਲੈ ਸਕਦੇ ਨੇ ਦਰਸ਼ਕੋ ਜ਼ਰੂਰਤ ਹੈ ਆਪਣੇ ਆਪ ਨੂੰ ਬਚਾਉਣ ਦੀ ਆਪਣੇ ਨਾਲ ਨਾਲ ਸਮਾਜ ਨੂੰ ਬਚਾਉਣ ਦੀ ਜਿਸ ਸਮਾਜ ਬਚੇਗਾ ਤੇ ਪੂਰਾ ਮੂਲਕ ਬਚੇਗਾ ਕਿਉਂਕਿ ਡਾਕਟਰ ਬਲਰਾਜ ਹੋਰਾਂ ਨੇ ਜਿਹੜੀਆਂ ਜਿਹੜੀਆਂ ਗੱਲਾਂ ਤੁਹਾਡੇ ਨਾਲ ਡਿਸਕਸ ਕੀਤੀਆਂ ਨੇ ਉਹ ਬਹੁਤ ਹੀ ਫਾਇਦੇਮੰਦ ਨੇ ਇੱਕ ਇਨਸਾਨ ਵਾਸਤੇ ਵੀ ਇਨਸਾਨੀਅਤ ਵਾਸਤੇ ਵੀ ਤੇ ਪੂਰੀ ਦੁਨੀਆ ਵਾਸਤੇ ਵੀ ਡਾਕਟਰ ਸਪੀਕ ਪ੍ਰੋਗਰਾਮ ਦੇ ਵਿੱਚ ਮੋੜ ਤੋਂ ਫੇਰ ਕਿਸੇ ਹੋਰ ਨਵੇਂ ਟੌਪਿਕਸ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਡਾਕਟਰ ਬਲਰਾਜ ਗੁਪਤਾ ਹੋਰਾਂ ਨੂੰ ਤੇ ਮੈਨੂੰ ਚੇਤਨ ਜੋਸ਼ੀ ਨੂੰ ਦੋ ਇਜਾਜ਼ਤ ਧੰਨਵਾਦ